सिद्ध शक्तिपीठ श्री देवी तालाब मंदिर के पावन दरबार में साप्ताहिक भजन संध्या का आयोजन किया गया। इस भजन संध्या में भजन गायक रितेश रिकी एंड पार्टी करतारपुर वालों ने गणेश वंदना के साथ भजन संध्या की शुरुआत की, जिसके बाद उन्होंने माता की भेंटों का गुणगान कर उपस्थित भक्तों को झूमने पर विवश किया। इस मौके पर श्री देवी तालाब मंदिर के सीनियर उप प्रधान ललित गुप्ता, मंच संचालक मास्टर हरिचंद, शिव सहगल, कपिल सहगल ने गायक कलाकारों को मंदिर का स्मृति चिन्ह देकर सम्मानित किया। जालंधर से हलचल के लिए कैमरामैन सुदेश भगत की रिपोर्ट। बहुत अच्छा गुणगान रितेश रिक्की जी, जिदा कि मास्टर जी ने दस्या है, जिहड़ी तीसरी पीढ़ी मां दे दरबार की सेवा कर रही है, बड़ी खुशी की गल है। अज साडे विच हन, मैं देवी तालाब मंदिर प्रबंधक कमेटी की तरफों इन्हां दा इत्थे आउण ते हार्दिक स्वागत करदा। ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਸਾਡੇ ਸਾਰੇ ਪੂਰੇ ਭਾਰਤ ਦੇ ਵਿੱਚ ਨਹੀਂ ਪੂਰੀ ਦੁਨੀਆ ਦੇ ਵਿੱਚ 22 ਜਨਵਰੀ ਦਾ ਦਿਨ ਇੱਕ ਇਤਿਹਾਸਿਕ ਦਿਨ ਹੈ, ਜਿਹੜਾ ਕਿ ਬੜੀ ਧੂਮਧਾਮ ਦੇ ਨਾਲ ਸਾਰੀ ਦੁਨੀਆ ਦੇ ਵਿੱਚ, ਸਾਰੇ ਹਿੰਦੁਸਤਾਨ ਦੇ ਵਿੱਚ ਮਨਾਇਆ ਜਾ ਰਿਹਾ ਹੈ। ਔਰ ਸਾਡੇ ਹਿੰਦੂ ਸਮਾਜ ਲਈ, ਸਾਡੇ ਧਾਰਮਿਕ ਸਮਾਜ ਲਈ ਇਹ ਬੜਾ ਗੌਰਵ ਦਾ ਵਿਸ਼ੇ ਹੈ ਕਿ ਜਿਸ ਕੰਮ ਨੂੰ 500 ਸਾਲ ਸਾਡੇ ਰਿਸ਼ੀ ਮੁਨੀਆਂ ਨੇ, ਸਾਡੇ ਧਾਰਮਿਕ ਸਮਾਜਿਕ ਲੋਕਾਂ ਨੇ ਮਿਹਨਤ ਕੀਤੀ ਔਰ ਉਹਦਾ ਸੱਚਾ ਅੱਜ ਭਗਵਾਨ ਰਾਮ ਨੇ ਕਹਿੰਦੇ ਨਾ ਜੀ, ਰਾਮ ਰਾਮ ਜਪਦੇ ਰਹੋ ਜਬ ਤੱਕ ਗੱਟ ਕੇ ਗੱਟਵੇ ਪ੍ਰਾਣ, ਕਭੀ ਤੋਂ ਦੀਨ ਦਿਆਲ ਮੇ ਬਣਨ ਪੜੇਗੀ ਗਾਨ। ਇੰਨੀ ਦੇਰ 500 ਸਾਲ ਤਪੱਸਿਆ ਕਰਨ ਦੇ ਬਾਅਦ ਪ੍ਰਭੂ ਰਾਮ ਜੀ ਨੇ ਸਾਡੀ ਫਰਿਆਦ ਸੁਣੀ ਹੈ ਔਰ ਸ਼ਿਲਾਨਿਆਸ ਹੋਣ ਜਾ ਰਿਹਾ ਹੈ ਔਰ ਭੂਮੀ ਪੂਜਨ ਹੋ ਚੁੱਕਾ ਹੈ ਔਰ ਮੂਰਤੀ ਸਥਾਪਨਾ ਹੋਣੀ ਜਾ ਰਹੀ ਹੈ ਭਗਵਾਨ ਰਾਮ ਜੀ ਦੀ। ਬਹੁਤ ਹੈ ਖੁਸ਼ੀ ਦਾ ਵਿਸ਼ੇ ਹੈ ਔਰ ਅਸੀਂ ਸਾਰੇ ਨੇ ਇਸ ਖੁਸ਼ੀ 'ਚ ਸ਼ਾਮਿਲ ਹੋਣਾ ਹੈ। ਅਸੀਂ ਸਾਰੇ ਜਿਹਨੇ ਅਯੋਧਿਆ ਨਹੀਂ ਜਾ ਰਹੇ, ਮਗਰ ਅਸੀਂ ਇਸ ਮੰਦਿਰ ਦੇ ਵਿੱਚ ਹੀ ਇੱਕ ਅਯੋਧਿਆ ਨਿੰਨੀ ਅਯੋਧਿਆ ਸਮਝ ਕੇ ਇਸ ਮੰਦਿਰ 'ਚ ਬਹੁਤ ਭਵਿਤਾ ਦੇ ਨਾਲ ਇਸ ਰਾਮ ਦਰਬਾਰ ਦਾ ਜਿਹੜਾ ਕੰਮ ਹੈ, ਸ਼੍ਰੀ ਰਾਮ ਜੀ ਦਾ ਜਿਹੜਾ ਕੰਮ ਹੈ ਉਹ ਕਰਨਾ ਹੈ। ਤੁਹਾਨੂੰ ਸਾਰਿਆਂ ਨੂੰ ਜਾਣ ਕੇ ਬੜੀ ਖੁਸ਼ੀ ਹੋਏਗੀ ਕਿ 1,25,000 ਦੀਵਾ ਦੀਪਮਾਲਾ ਦੇ ਨਾਲ ਸਜਾਇਆ ਜਾਏਗਾ ਸ਼੍ਰੀ ਦੇਵੀ ਤਾਲਾਬ ਮੰਦਿਰ ਦੀ ਪੂਰੀ ਪਰਿਕਰਮਾ ਨੂੰ ਔਰ ਉਸ ਦਿਨ ਸਭ ਨੇ ਪ੍ਰੇਰਣਾ ਦੇਣੀ ਹੈ, ਸਭ ਨੇ ਕੋਸ਼ਿਸ਼ ਕਰਨੀ ਹੈ ਕਿ ਕੋਈ ਵੀ ਮੇਰਾ ਭੈਣ ਭਾਈ ਕੋਸ਼ਿਸ਼ ਨਾ ਕਰੇ, ਕਿਉਂਕਿ ਮੰਦਰ ਪ੍ਰਕਰਮਾ ਦੇ ਵਿੱਚ ਪਾਵਨ ਦੀਪਮਾਲਾ ਹੋਣ ਜਾ ਰਹੀ ਹੈ ਤੇ ਕੋਈ ਜੋੜਾ ਲੈ ਕੇ ਜਾਂ ਜੁੱਤੀ ਲੈ ਕੇ ਇਸ ਦਰਬਾਰ 'ਚ ਆਵੇ। ਟੈਂਟ ਲੱਗਣਗੇ ਸਾਰੇ ਪਾਸੇ ਔਰ ਪੂਰਾ ਮੈਟ ਵਿਛੇਗਾ ਤਾਂ ਕਿ ਤੁਹਾਨੂੰ ਠੰਡ ਨਾ ਲੱਗੇ ਔਰ ਤੁਹਾਡੀ ਸੁਵਿਧਾ ਦਾ ਪੂਰਾ ਧਿਆਨ ਰੱਖਿਆ ਜਾਏਗਾ ਔਰ ਪਾਨ ਪਾਨ ਦੇ ਲੰਗਰ ਲਗਾਏ ਜਾਣਗੇ ਔਰ ਸਾਡੀਆਂ ਪਾਰਟੀਆਂ ਜਿਹੜੀਆਂ ਕਿ ਭਜਨ ਕੀਰਤਨ ਸਾਡੇ ਦਰਬਾਰ ਦੀਆਂ ਸ਼ਾਨ ਹਨ। ਮੈਂ ਸਮਝਦਾ ਹਾਂ ਕਿ ਭਜਨ ਕੀਰਤਨ ਦੇ ਨਾਲ ਹੀ ਇਹ ਸਾਰਾ ਮੰਦਿਰ ਦਰਬਾਰ ਬਣਿਆ ਹੈ। ਮੰਦਿਰ ਕਮੇਟੀ ਅੱਜ ਤੱਕ ਕਦੀ ਕਿਸੇ ਕੋਲੋਂ ਪੈਸਾ ਮੰਗਣ ਨਹੀਂ ਗਈ, ਨਾ ਕਰੋ ਬਾਹਰ ਅਸੀਂ ਜਾ ਕੇ ਕਦੀ ਕਿਸੇ ਦੀ ਰਸੀਦ ਕੱਟੀ ਹੈ। ਇਹ ਪਾਰਟੀਆਂ ਦੀ ਵਜ੍ਹਾ ਦੇ ਨਾਲ, ਗੁਣਗਾਨ ਕਰਨ ਦੀ ਵਜ੍ਹਾ ਨਾਲ ਜਿਹੜੇ ਪੈਸੇ ਸਾਨੂੰ ਇਹ ਭਗਤ ਦਿੰਦੇ ਹਨ ਉਹਦੇ ਨਾਲ ਹੀ ਇਹ ਸਾਰਾ ਮੰਦਿਰ ਬਣਿਆ ਹੈ। 1970 ਤੋਂ ਇਹ ਕ੍ਰਮ ਜਾਰੀ ਹੈ, ਜਿਹੜੇ ਕਿ ਪ੍ਰਾਣ ਪ੍ਰਸਿਸ਼ਠਾ 1974 'ਚ ਹੋਈ ਸੀ। ਐਤਕੀ ਸਵਰਨ ਜਯੰਤੀ 50 ਸਾਲ ਪੂਰੇ ਹੋ ਜਾਣੇ ਹੈ, ਉਹ ਵੀ ਬੜੀ ਧੂਮਧਾਮ ਦੇ ਨਾਲ ਅਸੀਂ ਬਸੰਤ ਪੰਚਮੀ ਵਾਲੇ ਦਿਨ ਮਨਾ ਰਹੇ ਹਾਂ।
ਫਿਲਹਾਲ ਅਸੀਂ ਗੱਲ ਕਰੀਏ 22 ਤਰੀਕ ਦੀ। ਉਹਦੇ ਵਿੱਚ ਭਾਂਤ ਭਾਂਤ ਦੇ ਲੰਗਰ ਲੱਗਣਗੇ ਔਰ ਬੜੀਆਂ ਬੜੀਆਂ ਅੱਛੀਆਂ ਪਾਰਟੀਆਂ ਭਗਵਤੀ ਦਾ ਗੁਣਗਾਨ ਕਰਨਗੀਆਂ ਔਰ ਤੁਹਾਡੀਆਂ ਤੁਸੀਂ ਰਾਮ ਮੰਦਰ ਲਾਈਵ ਦੇਖਣਾ ਹੈ ਉਹਦੇ ਲਈ ਮੰਦਰ ਕਮੇਟੀ ਨੇ ਇੰਤਜ਼ਾਮ ਕੀਤਾ ਹੈ, LED ਲਗਾਈਆਂ ਜਾਣਗੀਆਂ ਤਾਂ ਕਿ ਤੁਸੀਂ ਰਾਮ ਮੰਦਰ ਦੇ ਦਰਸ਼ਨ ਤੁਸੀਂ ਇੱਥੇ ਬੈਠ ਕੇ ਕਰ ਸਕੋ ਔਰ ਤੁਸੀਂ ਲਾਈਵ ਪ੍ਰੋਗਰਾਮ ਦੇਖ ਸਕੋ। ਫਿਰ ਦੀਪਮਾਲਾ ਦੇ ਨਾਲ ਦੀਵਾਲੀ ਵਕਨ ਖੁਸ਼ੀ ਮਨਾਉਣ ਲਈ ਬੜੇ ਅੱਛੇ ਆਰਟਿਸਟ ਆਏ ਗਏ ਨੇ ਬਟਾਲੇ ਤੋਂ, ਉਹ ਆਤਿਸ਼ਬਾਜ਼ੀ ਔਰ ਤੁਹਾਡੇ ਅਨਾਰ ਵਗੈਰਾ ਜਲਾਉਣਗੇ ਤੁਹਾਡੀ ਖੁਸ਼ੀ ਨੂੰ ਹੋਰ ਚਾਰ ਚੰਦ ਲਗਾਉਣ ਲਈ ਔਰ ਪ੍ਰਕਰਮਾ ਦੇ ਵਿੱਚ ਪੂਰੀ ਪ੍ਰਕਰਮਾ ਦੇ ਵਿੱਚ ਬਹੁਤ ਅੱਛੀ ਤਰੀਕੇ ਦੇ ਨਾਲ ਦੀਪਮਾਲਾ ਰੰਗੋਲੀ ਸਜਾਈ ਜਾਏਗੀ।